ਬਾਸ ਵੀ ਚੰਗਾ ਕੀਤਾ ਥਣ ਵੀ ਸੋਹਣੇ ਪਾਵਰਫੁਲ ਮੱਝਾਂ ਵਾਲੇ ਲੱਗੇ ਨੇ ਮਾਸ਼ਾਅੱਲਾ ਜੀ ਕਾਲੇ ਥਣ ਨੇ ਕਿੰਨਵਾ ਸੋਇਆ ਵੀਰ ਮਦਸਰ ਦਾ ਭਰਾ ਦੂਸਰਾ ਸਵਾਜ ਸਵਾ ਦੂਸਰਾ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖਣੇ ਨੇ ਬਾਈ ਟੋਰੇ ਹਾਂ ਜਾ ਕੇ ਲਿਆਓ ਜੀ ਕਿਦਾਂ ਦੀ ਸੂਈ ਹੈ ਭਾਈ ਭਰਾ ਦੇ ਇਹਨੂੰ ਵੀ 4-5 ਦਿਨ ਹੋ ਗਏ ਨੇ ਵੀਰ ਸੂਈ ਨੂੰ 4-5 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਭਾਈ ਜ਼ਰਾ ਲੰਮੀ ਟੋਰਨੀ ਹੈ ਲੰਮੀ ਟੋਰ ਕੇ ਗਿਲਾ ਚੱਲਿਓ ਜੀ ਸਵਾ ਦੂਸਰਾ ਵੇ ਦਿਨ 4-5 ਹੋ ਗਏ ਨੇ ਮਾਸ਼ਾਅੱਲਾ ਜੀ ਲਬਾਸ ਸੋਹਣਾ ਕੀਤਾ ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ ਮਾਸ਼ਾਅੱਲਾ ਜੀ ਕਿੰਨਾ ਕੁ ਦੁੱਧ ਹੈ ਵੀਰ ਮਦਸਰ ਦੇ ਕੋਲ ਇਹਦੇ ਕੋਲ 13 ਤੋਂ 14 ਕਿਲੋ ਬੌਲਾ ਵੀਰ ਜੀ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13 ਤੋਂ 14 ਕਿਲੋ ਬੌਲਾ ਵੀ 12 ਕਿਲੋ ਦੀ ਭਾਈ ਫਰਾਜ਼ ਗਾਰੰਟੀ ਦਵਾਂ ਆ ਪਿੱਛੇ ਬੱਚਾ ਵੇ ਹਾਂਜੀ ਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮੂਰ ਤੇ ਸ਼ੇਰ ਦਿਲ ਵਪਾਰੀ ਵੀਰ ਮੁਦੱਸਰ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਵੀਰ ਮੁਦੱਸਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 4 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਗਾਵਾਂ ਇਸ ਤੋਂ ਇਲਾਵਾ 2 ਪਹਿਲਵਾਨ ਝੋਟੀਆਂ ਵੀ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਹੈ ਜੀ 2,10,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਵੀਰ ਜੀ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਜੀ ਭਾਈ ਮੁਦੱਸਰ ਸਾਹਿਬ ਕੀ ਹਾਲ ਠੀਕ ਹੋ ਖੈਰ ਭਾਈ ਫਰਾਜ਼ ਸ਼ੁਕਰ ਹੈ ਲਾਲਾ ਤੁਸੀਂ ਸੁਣਾਓ ਠੀਕ ਠਾਕ ਜੀ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਿਫ ਨੇ ਸ਼ੋਕ ਅੱਛਾ ਕਰਾਂ ਦਿਓ ਮਾਸ਼ਾਅੱਲਾ ਜੀ ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਭਾਈ ਫਰਾਜ਼ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਸਿਆਲਕੋਟ ਤੋਂ ਜ਼ਫਰਵਾਰ ਰੋਡ ਤੇ ਵੀਰ ਜੀ ਮੰਡੀ ਠਰੋ ਅੱਡਾ ਵੇ ਉਹਦੇ ਲਾਗੇ 1 ਕਿਲੋਮੀਟਰ ਤੇ ਬਾਂਬੇ ਪਿੰਡ ਹੈ ਵੀਰ ਜੀ ਸਾਡਾ ਤੇ ਉੱਥੇ ਡੇਰਾ ਹੈ ਸਾਡਾ ਵੀਰ ਜੀ ਡੇਰਾ ਹੁਣ ਮਾਸ਼ਾਅੱਲਾ ਮਸ਼ਹੂਰ ਹੋ ਗਿਆ ਹਾਂਜੀ ਇਨਸ਼ਾਅੱਲਾ ਬਾਜੀ ਵੀਰ ਮਦਸਰ ਦਾ 2024 ਚ ਅੱਜ ਪਹਿਲਾ ਖੜਾਕ ਵੱਡਾ ਹੀ ਖੜਾਕ ਹੋਣਾ ਚਾਹੀਦਾ ਇਨਸ਼ਾਅੱਲਾ ਬਾਜੀ ਜ਼ਰੂਰ ਚਾਸਾਏ ਦੀ ਇਨਸ਼ਾਅੱਲਾ ਬਾਜੀ ਜ਼ਰੂਰ ਆਏਗੀ ਵੇਖਣ ਵਾਲਿਆਂ ਨੂੰ ਹਾਂਜੀ ਹਾਂਜੀ ਆਓ ਜੀ ਭਾਈ ਜਨ ਕਰੋ ਜੀ ਸ਼ੁਰੂ ਮਾਸ਼ਾਅੱਲਾ ਜੀ ਇਹ ਵੈੜ ਨੰਬਰ 1 ਲਿਆਵੋ ਜੀ ਟੋਟਲ 6 ਜਾਨਵਰ ਨੇ ਮਾਸ਼ਾਅੱਲਾ ਜੀ ਵੈੜ ਨੰਬਰ ਆ ਗਈ ਹੈ ਜੀ 1 ਆਓ ਜੀ ਭਾਈ ਜਾ ਕੇ ਲਿਆਵੋ ਜੀ ਜੀ ਭਾਈ ਮਦਸਰ ਕਿੰਨਵਾ ਸੁਆ ਜੀ ਭਾਈ ਫਰਾ ਦੂਸਰਾ ਸੁਆ ਸੋਈ ਹੈ ਸੁਆ ਦੂਸਰਾ ਸੋਈ ਹੈ ਭਾਈ ਜਾ ਕੇ ਕਰਨਾ ਜ਼ਰਾ ਇੱਥੇ ਖਲਾਰੋ ਜ਼ਰਾ ਸਿੱਧੀ ਕਰਿਓ ਖਲਾਰੋ ਜੀ ਮਾਸ਼ਾਅੱਲਾ ਜੀ ਸੁਆ ਦੂਸਰਾ ਸੋਈ ਹੈ ਤੇ ਕਿਦਾਂ ਦੀ ਸੂਈ ਹੈ ਭਾਈ ਮੁਦੱਸਰ ਹੈ ਫਰਾਜ਼ ਹੋ ਗਏ ਨੇ ਇਹਨੂੰ 3-4 ਦਿਨ ਸੂਈ ਨੂੰ 3-4 ਦਿਨ ਹੋ ਗਏ ਨੇ ਭਾਈ ਜ਼ਰਾ ਟੋਰੇ ਲੰਮੀ ਟੋਰੇ ਜਾ ਕੇ ਕਰ ਲਿਓ ਸਵਾ ਦੂਸਰਾ ਵੇ ਬੋਲੇ ਤੇ ਇਹ 3-4 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖ ਲੈਣੇ ਨੇ ਲਿਬਾਸ ਵੀ ਚੈੱਕ ਕਰਨਾ ਕਿੰਨਾ ਕੁ ਬੋਲਾ ਭਾਈ ਮੁਦੱਸਰ ਇਹਦੇ ਕੋਲ ਫਰਾਜ਼ ਦੇ ਕੋਲ ਬੱਚੇ ਸਾਰੇ 10 ਕਿਲੋ ਬੋਲਾ ਹੈ ਫਿਲਹਾਲ ਜਿਹੜਾ ਮੌਜੂਦਾ ਬੋਲਾ ਵੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਵੇ ਜਾ ਕੀ ਭਾਈ ਜਨ ਪਿੱਛੇ ਦੇ ਬੱਚਾ ਭਾਈ ਫਰਾਜ਼ ਇਹ ਪਿੱਛੇ ਦੇ ਬੱਚਾ ਵੇ ਨਾੜੂ ਵੀ ਦੋਸਤਾਂ ਵੇਖ ਲੈਣਾ ਭਾਈ ਬੱਚਾ ਜ਼ਰਾ ਸਿੱਧਾ ਕਰਿਓ ਜੀ ਇਹ ਚੈੱਕ ਕਰੋ ਜੀ ਨਾੜੂ ਵੀ ਦੋਸਤਾਂ ਵੇਖਣਾ ਬੱਚੇ ਦਾ ਚਿਹਰਾ ਵੀ ਚੈੱਕ ਕਰਾ ਦਿੰਦੇ ਆ ਮਾਸ਼ਾਅੱਲਾ ਜੀ ਸੇਮ ਪ੍ਰਿੰਟ ਵਿੱਚ ਚਿਹਰਾ ਵੀ ਦੋਸਤਾਂ ਵੇਖਣਾ ਥਣ ਵੀ ਸੋਹਣੇ ਲੱਗੇ ਨੇ ਕੀ ਨਸਲ ਹੈ ਵੀਰ ਮਦਸਰ ਜੀ ਫਰਾਜ਼ ਸਾਈਵਾਲ ਚੋਲਸਤਾਨੀ ਦੇ ਸਾਈਵਾਲ ਤੇ ਚੋਲਸਤਾਨੀ ਕਰਾਸ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਠੀਕ ਭਾਈ ਪਰਤਾ ਕੇ ਲੈਵੋ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਆ ਨੰਬਰ ਆ ਗਈ 1 ਤੇ ਸੁਵਾ ਦੂਸਰਾ ਸੂਈ ਹੈ ਸਾਈਵਾਲ ਤੇ ਚੋਲਸਤਾਨੀ ਮਜ਼ਬੂਤ ਕਰਾਸ ਹੈ ਗਰਮੀਆਂ 'ਚ ਗਰਮੀ ਵੀ ਨਹੀਂ ਕਰੇਗੀ ਜਿਹੜਾ ਦੁੱਧ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੋਏਗਾ ਠੀਕ ਭਾਈ ਲੈ ਚਲੋ ਜੀ ਭਾਈ ਮੁਦੱਸਰ ਕੀ ਰੇਟ ਹੈ ਜੀ ਵੈੜ ਨੰਬਰ 1 ਦਾ ਕੀ ਰੇਟ ਹੈ ਭਾਈ ਮੁਦੱਸਰ ਵੈੜ ਨੰਬਰ 1 ਦਾ ਦਾ ਰੇਟ ਹੈ ਵੀਰ ਜੀ 2,10,000 ਰੁਪਇਆ 2,10,000 ਕੋਈ 25-30 ਨਹੀਂ ਭਾਈ ਫਰਾਜ਼ 2,10,000 ਰੁਪਇਆ ਜਿੰਦਾਬਾਦ ਸੋਹਣਾ ਰੇਟ ਮਾਸ਼ਾਅੱਲਾ ਜੀ ਕੋਈ ਮਾਮੂਲੀ ਜਿਹਾ ਪਿਆਰ ਮੁਹੱਬਤ ਕਮੀ ਬੇਸ਼ੀ ਹੋਈ ਇਹਦੀ ਪਿੱਛੇ ਦੇ ਬੱਚਾ ਵੇ ਸੁਆ ਦੂਸਰਾ ਸੂਈ ਹੈ ਸਾਈਵਾਲ ਤੇ ਚੋਲਸਤਾਨੀ ਕਰਾਸ ਹੈ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਭਾਈ ਜੀ ਚੈੱਕ ਕਰਾਈ ਤਾਂ ਜਾ ਕੇ ਬੰਨ ਛੜੋ ਤਾਜ਼ੀ ਸੂਈ ਹੈ ਜ਼ਿਆਦਾ ਕਰਦੀ ਵੀ ਉਹ ਤਾਂ ਜਾ ਕੇ ਬੰਨ ਛੜੋ ਭਾਈ ਇੱਥੇ ਖਿਲਾਰੋ ਜ਼ਰਾ ਲੰਮੀ ਕਰਿਓ ਆਪੀ ਪਰਲੀ ਸਾਈਡ ਤੇ ਇਹ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਅੱਜ ਦੀ ਵੀਡੀਓ ਦੀ ਚੰਗੀ ਸ਼ਾਨਦਾਰ ਵੈੜ ਮਾਸ਼ਾਅੱਲਾ ਜੀ ਲਿਬਾਸ ਵੀ ਚੰਗਾ ਕੀਤਾ ਥਣ ਵੀ ਸੋਹਣੇ ਪਾਵਰਫੁਲ ਮੱਝਾਂ ਵਾਲੇ ਲੱਗੇ ਨੇ ਮਾਸ਼ਾਅੱਲਾ ਜੀ ਕਾਲੇ ਥਣ ਨੇ ਕਿੰਨਵਾ ਸੋਇਆ ਵੀਰ ਮਦਸਰ ਦਾ ਦੂਸਰਾ ਸਵਾਜ ਸਵਾ ਦੂਸਰਾ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖਣੇ ਨੇ ਭਾਈ ਟੋਰੇ ਹਾਂ ਜਾ ਕੇ ਲਿਆਓ ਜੀ ਕਿਦਾਂ ਦੀ ਸੂਈ ਹੈ ਭਾਈ ਫਰਾਜ਼ ਇਹਨੂੰ ਵੀ 4-5 ਦਿਨ ਹੋ ਗਏ ਨੇ ਵੀਰ ਸੂਈ ਨੂੰ 4-5 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਭਾਈ ਜ਼ਰਾ ਲੰਮੀ ਟੋਰਨੀ ਹੈ ਲੰਮੀ ਟੋਰ ਕੇ ਗਿਲਾ ਚੱਲਿਓ ਜੀ ਸਵਾ ਦੂਸਰਾ ਵੇ ਦਿਨ 4-5 ਹੋ ਗਏ ਨੇ ਮਾਸ਼ਾਅੱਲਾ ਜੀ ਲਿਬਾਸ ਸੋਹਣਾ ਕੀਤਾ ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ ਮਾਸ਼ਾਅੱਲਾ ਜੀ ਕਿੰਨਾ ਕੁ ਦੁੱਧ ਹੈ ਵੀਰ ਮਦਸਰ ਦੇ ਕੋਲ ਇਹਦੇ ਕੋਲ 13-14 ਕਿਲੋ ਬੌਲਾ ਵੀਰ ਜੀ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13-14 ਕਿਲੋ ਬੌਲਾ ਵੀ 12 ਕਿਲੋ ਦੀ ਭਾਈ ਫਰਾਜ਼ ਗਾਰੰਟੀ ਦਵਾਂ ਇਹ ਪਿੱਛੇ ਬੱਚਾ ਵੇ
हाँ जी ए पिछे दे बच्चा माशाल्लाह जी रवेल लाम काफी है सुबह दूसरा वे 12 किलो बोले की गरंटी है बोला दोवे टाइमों का टोटल है 13 तो 14 किलो वे बरीकी चेक करनी है माशाल्लाह जी क्रॉस ब्रीड है की नस्ल है भाई मुदसर जी फ्रीजियन ते चोलस्तानी क्रॉस है माशाल्लाह जी चंगा मजबूत क्रॉस है ठीक है भाई लम्बी टोर के ला चलो माशाल्लाह जी 12 किलो बोले की गरंटी है सुबह दूसरा सुई है थान दोस्तों फिर वेखने माशाल्लाह जी भाई फराज थान वेखो मज्जां वाले थान ने वीर जी पावरफुल मज्जां वाले माशाल्लाह जी थान गां दी गां में मज दी मज नस्ल बड़ी है माशाल्लाह गलंगल मोटी चोन है बैड़ी दी जी जबरदस्त हो गया की रेट है वीर जी बैड नंबर 2 दा भाई फराद एदा रेट वीर जी फाइनल जेला जे ना 2,75,000 जबरदस्त हो गया माशाल्लाह जी नस्ल चंगी है क्वालिटी वेखनी है रेट दोस्तों के सामने में थान भी सोने पावरफुल लगे ने माशाल्लाह जी इस साइड तू चेक करा दिने 12 किलो बोले की गरंटी है कीमत 2,75,000 अगे भाई लिया जी नंबर 3 वाली अगे आ गई माशाल्लाह जी नंबर 3 ते आ गई है गबन है जी हाँ जी भाई विराज गबन है भी पहले ने भाई आप परली साइड से होना है माशाल्लाह जी पूरी नस्ली चीज है थान भी दोस्तों चेक करा दें 6 दांद माशाल्लाह जी 7 to 8 दिन तकरीबन लिंदी है भाई जान खिला रहे हो जरा जेडे दिन दसी दिन कोई 2-4 दिन उत्ते थले हो सकते हैं पुट्ठा भी दोस्तों वेख लेना है भी सेहतमंद है माशाल्लाह जी ठीक है प्यारे भाई लम्मी टोर के ला चलो जी की नस्ल है वीर जी दी भाई फराज एदी नस्ल दा संधी कोई लोड नहीं अच्छा दोस्त खुद ही फैसला करन खुद ही फैसला करनगे ते भाजी नस्ली है बच्ची अब बिल्कुल है माशाल्लाह जी ए ते हीरा है भाई फराज आज दी वीडियो दा हीरा है हां जी हां जी ते भाई फराज एदा रेट भी कोई नहीं लाना कच्ची है बच्ची वीर जी अगली वीडियो दा रेट दवांगे इंशाल्लाह अगर किसी दोस्त नु पसंद आई है तो फिर कोई गल नहीं किसी दोस्त नु पसंद आए फोन ते पूछ सकदा है जी बेहतर हो गया अगर किसी दोस्त भाई दी समझ च हुंदी है भाई मुदसर साहब दे नंबर स्क्रीन ते आ रहे ने दोस्त कॉल करके رابطہ कर सकदे ने सुबह पहला सुना है 6 दंद माशाल्लाह जी भाई लिया हो जे दा जाके नंबर 4 वाली दा जा पहले ला भाई जाना तक अगे आ गई माशाल्लाह जी नंबर 4 ते आ गई है जी जी भाई मुदसर किनवा सुबह सुई है भाई फराज दूसरा सुबह सुई है सुबह दूसरा सुई है माशाल्लाह जी थान सोने लगे ने पावरफुल मज्जा वाले थान ने दिन किन्ने को गए ने सोया भाई फराज नु हो गए ने 8-10 दिन सुई 8-10 दिन हो गए ने माशाल्लाह जी सुबह दूसरा वे लिबास भी दोस्तों देखना माशाल्लाह जी सोने पावरफुल मज्जा वाले थान लगे ने नंबर 4 ते चेक कराने आ पे पुट्ठा भी दोस्तों देख लेना हाइट दी पूरी है माशाल्लाह जी जा की भाई पीछे दे ए पीछे दे बच्चा माशाल्लाह जी जा भी दोस्तों देखना दूध किन्ना भाई मुदसर देखो भाई फराज देखो बच्चे सने 10 किलो दो दोवां टाइम दा टोटल बच्चे समेत दूध 10 किलो वे सुबह दूसरा वे माशाल्लाह जी सेम प्रिंट विच जसामत वेखनी माशाल्लाह जी बहुती वड्डी नहीं हाइट वेख लेनी माशाल्लाह जी ठीक भाई लच्छा भाई बड़े सोने ने मज्जा वाले हां जी गल है की नस्ल है वीर जी दी भाई फराज है जर्सी चोलस्तानी जे जर्सी ते कोई चोलस्तानी क्रॉस है ठीक है भाई लम्मी टोर के ला चलो जी नंबर माशाल्लाह जी 4 ते चेक कराने आ पे जी भाई मुदसर की रेट है जी वैड नंबर 4 दा जी वीर जी भाई फराज वैड नंबर 4 दा रेट जे वीर जी 2,15,000 रुपया 2,15,000 हां जी जी जबरदस्त माशाल्लाह जी दूध 10 किलो नस्ल भी चंगी है ते तकरीबन 8-10 दिन होए ने सुबह दूसरा सुई है कीमत डिमांड 2,15,000 पहलन लियाओ भाई पहले अगे आ गई माशाल्लाह जी झोटी नंबर 1 पहलन झोटी है ते पहलवान झोटी है माशाल्लाह जी दोस्तों जरा नजारा करना लियाओ भाई जान जी वीर मुदसर किन्ने दंदे झोटी है भाई फराज दंदू दा पूरी है झोटी अच्छा भाई फराज ठीक है माशाल्लाह जी पहलन झोटी है माशाल्लाह जी बॉडी स्कोर वेखना है लोग कीती है गबन है माशाल्लाह जी ते पहलवान पहलन झोटी है सारियां पहलन झोटियां दा हो जा बॉडी स्कोर नहीं होंदा माशाल्लाह जी लबास भी दोस्तों वेख लेना भाई पता है जरा दिन किन्ने कलैरी है अच्छा भाई खिला रहे हो जरा माशाल्लाह जी जिस्म ते पशम चेक करनी है सुबह पहला सुना है तकरीबन 5 to 6 दिन लिंदी है भाई ऐ जवान है माशाल्लाह जी 5 कल्याण है इरा जी चेक करो जरा 5 कल्याण जी पिछले पैर भी तू छे ने अगले भी तू छे ने भाई इधर चेहरा सामने करियो जी बग्गी मोचे माशाल्लाह जी 5 कल्याण झोटी है चेहरे की बरीकी खूबसूरती वेख लेनी है भाई इधर चेहरा थोड़ा सामने करियो जी
ਆ ਚੈੱਕ ਕਰੋ ਮਾਸ਼ਾਅੱਲਾ ਜੀ ਠੀਕ ਹੈ ਭਾਈ ਟੋਰਿਓ ਜੀ ਭਾਈ ਫਰਾਜ਼ ਪਹਿਲਾਂ ਵੀ ਹੈ ਤੇ ਪਹਿਲਵਾਨ ਪਹਿਲਾਂ ਨੇ ਵੀ ਪਹਿਲਵਾਨ ਪਹਿਲ ਨਵਾਬ ਚੀਜ਼ ਮਾਸ਼ਾਅੱਲਾ ਜੀ ਟੋਰਿਓ ਭਾਈ ਜਾਨ ਸਾਰੀਆਂ ਝੋਟੀਆਂ ਭਾਈ ਫਰਾਜ਼ ਪਹਿਲਾਂ ਇੰਡੀਆ ਨਹੀਂ ਹੁੰਦੀ ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਨੰਬਰ ਆ ਗਈ ਇੱਕ ਤੇ ਸੁਵਾ ਪਹਿਲਾ ਸੋਣਾ ਪਹਿਲਵਾਨ ਪਹਿਲਨ ਝੋਟੀ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਵੇ ਪੁੱਠਾ ਚੈੱਕ ਕਰਨਾ ਚੰਗਾ ਚੌੜਾ ਪੁੱਠਾ ਵੇ ਪੂਰੀ ਦੇਖੋ ਹਾਂ ਕਿ ਨਾਮ ਝੌੜਾ ਝੋਟੀ ਨਾਮੀ ਗ੍ਰਾਮੀ ਪਹਿਲਨ ਝੋਟੀ ਮਾਸ਼ਾਅੱਲਾ ਜੀ ਇਹੋ ਜੀਆਂ ਪਹਿਲਨ ਝੋਟੀਆਂ ਕੋਈ ਸ਼ਾਜ਼ੋ ਨਾਜ਼ਰੀ ਵੀਡੀਓ 'ਚ ਸ਼ਾਮਲ ਹੁੰਦੀਆਂ ਨੇ ਕੀ ਕੀਮਤ ਹੈ ਵੀਰ ਨੂੰ ਦੱਸ ਝੋਟੀ ਨੰਬਰ 1 6 ਦਿਨ ਝੋਟੀ ਕੱਚੀ ਹੋਈ ਹੈ ਵੀਰ ਜੀ ਠੀਕ ਹੈ ਛੱਡੇ ਤੇ ਵੀ ਥੱਬੇ ਵੀਰਾ ਲਾ ਛੱਡੇਗੀ ਇਨਸ਼ਾਅੱਲਾ ਹਾਂਜੀ ਆ ਵੇਖੋ ਇਹ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਇਹ ਵੇਖੋ ਠੀਕ ਕੀ ਕੀਮਤ ਹੈ ਵੀਰ ਜੀ ਇਹਦੀ ਭਾਈ ਫਰਾਜ਼ ਇਹਦੀ ਕੀਮਤ ਹੋਣੀ ਹੈ ਫਾਈਨਲ ਹੀ ਵੀਰ ਜੀ ਫਾਈਨਲ ਕੀਮਤ ਭਾਈ ਫਰਾਜ਼ ਇਹਦੀ ਹੋਣੀ ਹੈ 3,85,000 पूरी लो पानी चे भी माशाल्लाह जी चंगी सेहतमंद है प्यारे भाई चेहरा सामने करियो जी ए माशाल्लाह जी चेहरा भी दोस्तों वेख लेना जी ठीक है भाई लै चलो जी इन्हें भी लो की जी धुनी ठीक है भाई टोरियो लम्मी जरा थान दोस्तों फिर वेख लैने ने हैले कच्ची माशाल्लाह जी जसामत दी भी चंगी है सुवा भाई फराद पुठा दोस्तों चेक करा हां चेक करा माशाल्लाह जी मंजी भाई डाल वो ते सब बारीक भी भरी है जो बिल्कुल जी बारीक जमड़ी है बारीक बारीक है देखो माशाल्लाह देखो किनी बारीक है पूछल जिंदाबाद हां दिल भेटी जांदी है भाई ठीक है जी जी वीर जी की रेट है जी छोटी नंबर 2 दा भाई फराद देखो किनी बारीक छोटी है ए बिल्कुल हां जी गल है जी 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 जिंदाबाद बहुत शुक्रिया जी शोक चक रहा है उम्मीद करना दोस्तों वीडियो पसंद आई हो इजाजत चाहते हैं अल्लाह हाफिज।